ਗੀ گاਵਾ ਦਾ ਕਿਸ ਤਰ੍ਹਾਂ ਕਰ ਰਹੇ ਸਿਸਟਮ ਕੀ ਤੁਹਾਡਾ ਕਾਰੋਬਾਰ ਹੈ ਭਾਈ ਜਾਨੇ ਅਸੀਂ ਨਾ ਆਸਟ੍ਰੇਲੀਆ ਤੋਂ ਮੰਗਵਾਈਆਂ ਨੇ گاਵਾ ਹਾਂਜੀ ਇੰਪੋਰਟ ਕਰਵਾਈਆਂ ਨੇ ਮਾਸ਼ਾਅੱਲਾ ਜਾਨਵਰ ਅੱਛੇ ਨੇ ਤੁਹਾਡੇ ਛੋਟੇ ਬੱਚੇ ਮੰਗਵਾਨੇ ਆ ਅਸੀਂ ਹਾਂਜੀ ਇੱਥੇ ਫਿਰ ਉਹਨਾਂ ਨੂੰ ਪਾਲਨੇ ਆ ਤੇ ਫਿਰ ਇਹਨਾਂ ਨੂੰ ਤਿਆਰ ਕਰਨੇ ਆ ਹਾਂਜੀ ਤੇ ਇਹ ਫਿਰ ਜਾਂਦੀਆਂ ਨੇ 30 30 ਲੀਟਰ ਦੁੱਧ ਤੇ ਦੂਸਰੀਆਂ ਮਾੜੀਆਂ ਗਾਵਾਂ ਜਿਹੜੀਆਂ ਨੇ ਇੱਥੇ ਪਾਕਿਸਤਾਨ ਵਾਲੀਆਂ ਗਾਵਾਂ ਸਾਨੂੰ ਨਹੀਂ ਪਸੰਦ ਆਉਂਦੀਆਂ ਹਾਂਜੀ ਯਾਨੀ ਕਿ ਤੁਹਾਡੇ ਤਜਰਬੇ ਦੇ ਮੁਤਾਬਕ ਅਗਰ ਤੁਸੀਂ ਵੱਡੀਆਂ ਗਾਵਾਂ ਲੈ ਕੇ ਆਉਂਦੇ ਜੇ ਤੇ ਉਹ 30 30 ਲੀਟਰ ਤੇ ਨਹੀਂ ਜਾਂਦੀਆਂ ਨਹੀਂ ਜਾਂਦੀਆਂ ਇੱਥੇ ਪਾਕਿਸਤਾਨ ਵਾਲੀਆਂ ਨਹੀਂ ਜਾਂਦੀਆਂ ਇਹ ਆਸਟ੍ਰੇਲੀਆ ਤੋਂ ਇੰਪੋਰਟ ਸਪੈਸ਼ਲ ਗਾਵਾਂ ਨੇ ਸਹੀ ਤੇ ਜਿਹੜੇ ਛੋਟੇ ਤੁਸੀਂ ਛੋਟੀਆਂ ਬੱਚੀਆਂ ਤਿਆਰ ਕਰਦੇ ਜੇ 30 30 ਲੀਟਰ ਦੁੱਧ ਦਿੰਦੀਆਂ ਨੇ ਕੱਲ ਦਾ ਹਾਂ ਇਹ ਵੱਡੀਆਂ ਹੋ ਕੇ ਜਵਾਨ ਹੋ ਕੇ 30 30 ਲੀਟਰ ਦੁੱਧ ਦਿੰਦੀਆਂ ਠੀਕ ਹੈ ਸਰ ਬੜੀ ਮਿਹਰਬਾਨੀ ਭਾਈ ਜੀ ਤੁਹਾਡੀ ਹੁਣ ਅਸੀਂ ਤੁਹਾਡੇ ਨਾਲ ਵਿਜ਼ਿਟ ਕਰ ਲਈਏ ਹਵੇਲੀ ਦਾ ਅਸਲਾਮ ਵਾਲੇਕਮ ਪਿਆਰੇ ਦੋਸਤੋ ਉਮੀਦ ਕਰਦਾ ਹਾਂ ਕਿ ਸਭ ਖਰੀਅਤ ਸੇ ਤੇ ਜਿਸ ਤਰ੍ਹਾਂ ਕਿ ਤੁਸੀਂ ਅੱਗੇ ਬਾਈ ਹੋ ਰਹੇ ਦਾ ਸੁਣਿਆ ਤੇ ਹੁਣ ਮੈਂ ਤੁਹਾਨੂੰ ਦੱਸਣਾ ਵਾਂ ਕਿ ਮੈਂ ਤੁਹਾਡੇ ਵਾਸਤੇ ਹਮੇਸ਼ਾ ਹੀ ਫਾਰਮਾ ਦੀਆਂ ਵੀਡੀਓ ਲੈ ਕੇ ਆਉਣਾ ਵਾਂ ਤਾਂ ਕਿ ਤੁਸੀਂ ਵੇਖੋ ਤੇ ਇੰਜੋਏ ਕਰੋ ਤੇ ਕੁਝ ਤੁਹਾਨੂੰ ਸਿੱਖਣ ਨੂੰ ਵੀ ਮਿਲਾ ਕਰੇ ਮਿਲ ਜੇ ਮੇਰੀ ਵੀਡੀਓ ਦੇ ਜ਼ਰੀਏ ਤੁਹਾਨੂੰ ਕੋਈ ਫਾਇਦਾ ਪਹੁੰਚੇ ਇਹ ਹੀ ਸੋਚ ਹੈ ਮੇਰੀ ਤੇ ਬਾਕੀ ਇਹ ਬਾਈ ਹੋਰੀ ਨੇ ਇਹ ਟੋਟਲ ਵਹਿੜਾ ਦਾ ਕੰਮ ਕਰਦੇ ਨੇ ਇਹਨਾਂ ਕੋ ਜਿੰਨੇ ਜਾਨਵਰ ਨੇ ਇਹਨਾਂ ਵੇੜਾ ਤੋਂ ਸ਼ੁਰੂ ਕੀਤਾ ਤੇ ਇਹ ਜਦੋਂ ਬਾਹਰੋਂ ਐਕਸਪੋਰਟ ਹੁੰਦੀਆਂ ਨੇ ਕਰਾਚੀ ਬੰਦਰਗਾਹ ਤੇ ਲੱਤੀਆਂ ਨੇ ਉਥੋਂ ਜਾ ਕੇ ਖਰੀਦੇ ਨੇ ਛੋਟੀਆਂ ਵੇੜਾ ਤੇ ਇਹ ਤੁਹਾਡੇ ਸਾਹਮਣੇ ਵੇਖ ਲਓ ਇਹ ਵੇੜਾ ਇਹਨਾਂ ਨੇ ਆਪ ਹੀ ਤਿਆਰ ਕੀਤੀਆਂ ਨੇ ਮਾਸ਼ਾਅੱਲਾ ਇਹ ਪਹਿਲਾਂ ਦੀਆਂ ਲਿਆਂਦੀਆਂ ਸੀ ਇਹ ਫਾਰਮ ਬਣਾਉਣ ਤੋਂ ਪਹਿਲਾਂ ਉਹਨਾਂ ਦੇ ਵਿੱਚੋਂ ਇਹ ਅਗਲੀਆਂ ਬਛੀਆਂ ਨੇ ਇਹਨਾਂ ਦੀਆਂ ਤੇ ਕੋਈ ਦੋ ਵੇੜਾ ਇਹਨਾਂ ਨੇ ਉਥੋਂ ਜਾ ਕੇ ਲਿਆਂਦੀਆਂ ਨੇ ਆ ਪਿਛਲੇ ਦਿਨਾਂ ਵਿੱਚ ਉਹ ਵੀ ਵਿੱਚ ਮੌਜੂਦ ਨੇ ਤੇ ਬਾਕੀ ਬਾਈ ਜਾਨ ਤੁਸੀਂ ਇਹ ਗਾਂ ਵੀ ਇਹਨਾਂ ਉੱਥੋਂ ਲੈ ਆਂਦੀ ਸੀ ਜਾ ਕੇ ਵਹਿੜ ਸੀ ਉਦੋਂ ਤੇ ਖੈਰ ਨਾ ਕੋਸੂਬਾ ਸੋਈਏ ਤੇ ਬਾਕੀ ਇਹਨਾਂ ਦੇ ਦੁੱਧ ਦੀ ਐਵਰੇਜ ਵੰਡਾ ਵਗੈਰਾ ਉਹ ਹਰ ਬੰਦਾ ਆਪਣੀ ਸੋਚ ਮੁਤਾਬਕ ਆਪਣੇ ਜਾਨਵਰਾਂ ਦੇ ਮੁਤਾਬਕ ਪਾਉਂਦਾ ਹੈ ਬਾਕੀ ਜੋ ਇਹਨਾਂ ਦਾ ਇਲਾਜ ਹੈ ਟ੍ਰੀਟਮੈਂਟ ਹੈ ਉਹ ਵੀ ਹਰ ਬੰਦਾ ਆਪਣੀ ਜਾਨਵਰਾਂ ਦੇ ਮੁਤਾਬਕ ਇਹ ਨਹੀਂ ਕਿ ਮੈਂ ਖਾਂਜੀ ਇਹ ਜਾਨਵਰਾਂ ਨੂੰ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਦੇ ਇਲਾਕੇ ਵਿੱਚ ਗਰਮੀ ਔਰ ਸਰਦੀ ਹੁੰਦੀ ਹੈ ਕੁਝ ਜਗ੍ਹਾ ਐਸੀਆਂ ਨੇ ਜਿੱਥੇ ਸਿਰਫ ਗਰਮੀ ਗਰਮੀ ਹੁੰਦੀ ਜਾਂ ਸਿਰਫ ਸਰਦੀ ਸਰਦੀ ਹੁੰਦੀ ਉਹ ਫਿਰ ਆਪਣੇ ਇਲਾਕੇ ਤੇ ਆਪਣੇ ਹਸਾਬਤ ਆਪਣਾ ਐ ਵੈੜ ਜਨਾਬ ਇਹਨਾਂ ਪਿਛਲੇ ਦਿਨਾਂ ਵਿੱਚ ਜਾ ਕੇ ਉੱਥੋਂ ਕਰਾਚੀੋਂ ਬੰਦਰਗਾਹ ਤੇ ਲੱਥੇ ਨੇ ਜਾਨਵਰ ਤੇ ਉੱਥੋਂ ਜਨਾਬ ਇਹਨਾਂ ਨੇ ਖਰੀਦੀ ਏ ਤੇ ਮਾਸ਼ਾਅੱਲਾ ਬੜੀ ਅੱਛੀ ਵੈੜ ਹੈ ਬੜੀ ਸੋਹਣੀ ਹੈ ਅੱਲਾ ਕਰੇ ਸੂਵੇ ਇੱਕ ਉਹ ਤੇ ਇੱਕ ਐ ਵੈੜ ਜਿਹੜੀ ਇਹ ਐਲੀ ਇਹ ਜਨਾਬ ਇਹਨਾਂ ਨੇ ਦੋ ਵੈੜਾਂ ਲੈਂਦੀਆਂ ਸੀ ਕਠੀਏ ਇਹ ਮਾਸ਼ਾਅੱਲਾ ਤਿਆਰ ਹੋ ਗਈ ਏ ਉਹ ਹਜੇ ਤਿਆਰ ਨਹੀਂ ਤੇ ਉਸ ਤੋਂ ਪਿਛਲੇ ਤੋਂ ਪਿਛਲੇ ਸਾਲ ਜਨਾਬ ਉਹਨਾਂ ਨੇ ਇਹ ਵੇਲ ਲੈਂਦੀ ਸੀ ਤੇ ਇਹ ਜਿਹੜੀ ਇਹਨਾਂ ਦੀ ਵੱਡੀ ਗਾਂ ਦੀ ਘਰ ਦੀ ਏ ਤੇ ਜਿਹੜੀ ਆ ਦੂਸਰੀ ਏ ਇਹ ਜਨਾਬ ਇਹਨਾਂ ਉੱਥੋਂ ਲੈਂਦੀ ਸੀ ਇਹ ਵੀ ਮਾਸ਼ਾਅੱਲਾ ਤਿਆਰ ਸੂਬਈ ਏ ਬੱਚੀ ਦਿੱਤੀ ਸੀ ਮਾਸ਼ਾਅੱਲਾ ਤੇ ਅੱਲਾ ਕਰੇਗਾਗਾ ਵਜ਼ੀਦ ਬਿਹਤਰੀ ਹੋਣੀ ਡਾਡੀ ਜੜੀ ਇਹ ਫਾਰਮ ਭਾਈ ਜਨ ਬਿਲਕੁਲ ਦੇ ਨਾਲ ਨਵਾਂ ਤਿਆਰ ਕੀਤਾ ਤੇ ਆਪਣੇ ਜਾਨਵਰਾਂ ਦੇ ਆਪਣੇ ਮੌਸਮ ਦੇ ਆਪਣੇ ਇਲਾਕੇ ਦੇ ਸਾਖਤਾ ਉਹਨਾਂ ਬਣਾਇਆ ਜੇ ਕੰਮ ਚੱਲ ਰਿਹਾ ਮਿਸਤਰੀ ਵਿਚੇ ਹੀ ਨੇ ਤੇ ਬਾਕੀ ਇਹਨਾਂ ਨੇ ਇੱਕ ਡੌਗ ਵੀ ਰੱਖੀ ਹੋਈ ਏ ਫੀਮੇਲ ਤੇ ਡੌਗ ਵੀ ਬਹੁਤ ਅੱਛੀ ਖੂਬਸੂਰਤ ਏ ਤੇ ਛੋਟਾ ਜਿਹਾ ਸ਼ੌਂਕ ਇਹਨਾਂ ਦਾ ਕਬੂਤਰਾਂ ਦਾ ਵੀ ਹੈ ਜਨਾਬ ਇਹ ਜਨਾਬ ਇਹਨਾਂ ਨੇ ਟੋਕਾ ਲਾਇਆ ਤੇ ਇੱਥੇ ਹੀ ਫੇਲਾ ਟੋਕਾ ਹੈ ਅਰਜ਼ੀ ਲੱਗੋਇਆ ਕਿਉਂਕਿ ਮਿਸਤਰੀ ਇਹ ਜੇ ਵੇਚੀ ਲੈ ਉਹਦੀ ਵਜ੍ਹਾ ਕਰਕੇ ਨਾ ਜੇ ਸਹੀ ਪੂਰਾ ਬੰਦੋਬਸਤ ਨਹੀਂ ਹੋ ਸਕਿਆ ਇਹ ਜਨਾਬ ਇਹਨਾਂ ਕੋ ਮੱਝ ਮੂਝਾਂ ਨੇ ਕੋ ਦੋ ਚਾਰ ਰੱਖੀਆਂ ਅੱਦੋ ਛੋਦ ਲਈ ਤੇ ਇਹ ਜਨਾਬ ਪਹਿਲਾ ਦਿਨ ਕੋ ਜਿਹੜਾ ਜਾਨਵਰ ਸੀ ਨਾ ਮੱਝ ਮੂਝਾਂ ਉਹ ਜਿਹੇ ਵਿੱਚ ਨਹੀਂ ਆ ਉਹ ਕੋਲ ਹੀ ਨੇ ਬਾਕੀ ਕੰਮ ਜਿਹੜਾ ਨਾ ਮਜ਼ੀਦ ਕਾਰੋਬਾਰ ਦੇ ਲਿਹਾਜ਼ ਨਾਲ ਉਹ ਗਾਵਾਂ ਦਾ ਹੀ ਕਰਨ ਲੱਗੇ ਨੇ ਗਾਵਾਂ ਦੇ ਵਿੱਚ ਹੀ ਬਿਹਤਰੀ ਹੈ ਇਹ ਜਨਾਬ ਕਮਰਾ ਬਣਾ ਰਹੇ ਨੇ ਮਿਸਤਰੀ ਤੁਹਾਨੂੰ ਦੱਸਿਆ ਜੇ ਵਿੱਚ ਹੀ ਲੱਗਾ ਇਹ ਜਨਾਬ ਇਧਰ ਇਹਨਾਂ ਨੇ ਛੋਟਿਆਂ ਜਾਵਾਂ ਦਾ ਬੰਦੋਬਸਤ ਕੀਤਾ ਹੋਇਆ ਜੇ ਇਹ ਜਿਹੜਾ ਤੇ ਇਹ ਛੋਟੇ ਜਾਨ ਵਿੱਚ ਇਧਰ ਛੱਡੇ ਹੋਏ ਜਿਹੜੇ ਜਾਨਵਰ ਦੋ ਚਾਰ ਸੂਪ ਐ ਨੇ ਉਹਨਾਂ ਦੇ ਇਹ ਜਨਾਬ ਤੇ ਇੱਕ ਇਹਨਾਂ ਕੋਲੇ ਇਹਨਾਂ ਦੀ ਵੱਡੀ ਗਾਂ ਦਾ ਬੱਚਾ ਹੈ ਤੇ ਉਹ ਵੀ ਵਿੱਚ ਹੀ ਹੈ ਇਹ ਇਹ ਜਿਹੜਾ ਇਹ ਬੱਚਾ ਜੀ ਜਨਾਬ ਤੇ ਇਹਨਾਂ ਨੇ ਵੰਡਾ ਛੰਡਾ ਤੂੜੀ ਅਜੇ ਤਾਂ ਮਿਸਤਰੀ ਵਿੱਚ ਹੀ ਨੇ ਤੇ ਫਿਰ ਉਹ ਇਸ ਕਰਕੇ ਨਾ ਜਗ੍ਹਾ ਵੀ ਤੰਗ ਹੈ ਤੇ ਬੜਾ ਸਾਖਤਾ ਬਣਾ ਅੱਲਾਹ ਕਰੇ ਜਦੋਂ ਬਣ ਜਾਏਗਾ ਨਾ ਫਿਰ ਮਾਸ਼ਾਅਰ